آپ دیکھ رہے ہیں پنجاب نیوز لائیو۔ بسم اللہ الرحمن الرحیم۔ ناظرین تسی ویکھ رہے ہو ساڈا پروگرام پنجاب دے رنگ، پنجاب نیوز دے سنگ۔ میں تہاڈا میزبان شہباز شہین تہاڈی سیوا وچ حاضر ہاں۔ اس ویلے اسی تحصیل سمندری وچ موجود ہاں، جہدا پرانا نام چک نمبر 533 گابے گلہ منڈی دے اندر موجود ہاں۔ دوستو ایتھے ایک عجیب چیز جڑی کہ تسی بھی دیکھ کے اونوں عجیب ہی محسوس کرو گے، ایتھے ایک بہت وڈا منجا پیا ہے جو کہ پنجاب ریت دی عکاسی کرن والا منجا، جو کہ 12 بائی 12 مربع فٹ دا بہت وڈا منجا، یہ نجاب منجا 533 گابے، پرانا 533 گابے، تحصیل سمندری گلہ منڈی دے وچ موجود ہے۔ اگر کسی دوست نے ویڈیو تو علاوہ ਇਹਨੂੰ ਲਾਈਵ ਵੀ ਦੇਖਣਾ ਹੋਵੇ ਤਾਂ ਗੱਲਾਂ ਮੰਡੀ ਚੱਕ ਨੰਬਰ 533 ਗਾਹਵੇ ਅੱਜ ਕੱਲ੍ਹ ਦਾ ਹਾਲ ਦੀ ਘੜੀ ਦਾ ਨਾਮ ਸਮੁੰਦਰੀ ਗੱਲਾਂ ਮੰਡੀ ਦੇ ਵਿੱਚ ਮੌਜੂਦ ਆ ਨਜਾਬ ਮੰਜਾ ਜਿਹਦੀ ਚੜਾਈ ਅਤੇ ਲੰਬਾਈ 12-12 ਫੁੱਟ ਹੈ। ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਸਕੇ ਤੇ ਪਾਵੇ ਦੇ ਉੱਤੇ ਜਿਹੜਾ ਲਾਟੂ ਲੱਗਿਆ ਇਸ ਤਰ੍ਹਾਂ ਜਿਸ ਤਰ੍ਹਾਂ ਸਿਰ ਦੀ ਮਾਨਤ ਹੁੰਦਾ ਤਕਰੀਬਨ 2-2.5 ਫੁੱਟ ਇਹਦੀ ਉਚਾਈ ਆ ਔਰ ਇਹਦੀ ਚੜਾਈ ਅਤੇ ਲੰਬਾਈ 12-12 ਫੁੱਟ ਆ। ਇਹ ਗੱਲਾਂ ਮੰਡੀ ਦੇ ਵਿੱਚ ਇਸ ਟਾਈਮ ਹੈ, ਨਸਬ ਆ ਪਿਆ ਵਾ ਗੱਲਾਂ ਮੰਡੀ ਦੇ ਵਿੱਚ ਅਤੇ ਤਹਿਸੀਲ ਸਮੁੰਦਰੀ ਗੱਲਾਂ ਮੰਡੀ ਦੇ ਵਿੱਚ ਪੁਰਾਣਾ 533 ਗਾਹਵੇ। ਹਾਂਜੀ ਉੱਥੇ ਤੁਸੀਂ ਦੇਖ ਸਕਦੇ ਹੋ ਜੀ, ਮੇਰਾ ਕੈਮਰਾਮੈਨ ਤੁਹਾਨੂੰ ਵਿਖਾ ਰਿਹਾ ਹੈ ਪੰਜਾਬ ਕਲਚਰ ਦੀ ਇਕਾਸੀ ਕਰਨ ਵਾਲਾ ਮੰਜਾ, ਨਾਲੇ ਪੰਜਾਬੀ ਪਿੜੀਆਂ ਵਾਲੇ ਮੰਜੇ ਡਾ ਕੇ ਬਹਿੰਦੇ ਨੇ, ਕਦੇ ਵੀ ਇੱਕ ਦੂਸਰੇ ਤੋਂ ਵੱਖ ਨਹੀਂ ਹੁੰਦੇ। ਇਹ ਪੰਜਾਬ ਰਹਿਤਲ ਦੀ ਇਕਾਸੀ ਕਰਦਾ ਇਹ ਮੰਜਾ, ਸਭ ਤੋਂ ਵੱਡਾ ਮੰਜਾ 12 ਬਾਈ 12 ਦਾ, 12 ਫੁੱਟ ਦੀ ਲੰਬਾਈ ਅਤੇ 12 ਫੁੱਟ ਚੜਾਈ, ਪੰਜਾਬ ਸਕਾਫਤ ਦਾ ਇਕਾਸੀ ਕਰਨ ਵਾਲਾ ਮੰਜਾ, ਤਹਿਸੀਲ ਸਮੁੰਦਰੀ ਪੁਰਾਣਾ ਨਾਮ ਜਿਹਦਾ 533 ਗਾਬੇ ਗੱਲਾ ਮੰਡੀ ਦੇ ਵਿੱਚ ਇਹ ਮੰਜਾ ਪਿਆ ਹੈ ਅਤੇ ਸਾਡਾ ਕੈਮਰਾਮੈਨ ਤੁਹਾਨੂੰ ਬਿਲਕੁਲ ਕਲੋਜ਼ ਇਹਦਾ ਵਿਊ ਲੈ ਕੇ ਤੁਹਾਨੂੰ ਵਿਖਾ ਰਹੇ ਨੇ। ਗੱਲਾਂ ਮੰਡੀ ਤਹਿਸੀਲ ਸਮੁੰਦਰੀ ਦੇ ਵਿੱਚ ਇਹ ਮੰਜਾ ਪਿਆ ਹੈ, ਨਜਾਬ ਮੰਜਾ, ਬਹੁਤ ਹੀ ਵੱਡਾ 12 ਬਾਈ 12 ਫੁੱਟ ਦਾ। ਅਤੇ ਦੋਸਤ ਵਿਹਲੇ ਹੋ ਕੇ ਬਿਲਖਸੂਸ ਜੁੰਮੇ ਵਾਲੇ ਦਿਨ ਸਾਂਝੀਆਂ ਹੁੰਦੀਆਂ ਨੇ, ਪਿਆਰ ਮੁਹੱਬਤ ਵੰਡਦੇ ਨੇ। ਇਹ ਪੰਜਾਬ ਰੇਤਲ ਦੀ ਅਕਾਸੀ ਕਰਦਾ ਇਹ ਮੰਜਾ ਅਤੇ ਔਰ ਇਹਦੀ ਵੱਡੀ ਗੱਲ ਹੈ, ਵੱਡੀ ਖੂਬੀ ਹੈ ਅਤੇ ਇੱਥੇ ਬਹੁਤ ਸਾਰੇ ਦੋਸਤ ਬਹਿ ਜਾਂਦੇ ਨੇ ਅਤੇ ਦੋਸਤ ਬਹਿ ਕੇ ਆਪਣੇ ਪੰਜਾਬ ਰੇਤਲ ਦੀ, ਪੰਜਾਬ ਕਲਚਰ ਦੀ ਅਕਾਸੀ ਕਰਦੇ ਨੇ, ਪੰਜਾਬ ਸਕਾਫਤ ਦੀ ਅਕਾਸੀ ਕਰਦਾ ਇਹ ਮੰਜਾ, ਨਜਾਬ ਮੰਜਾ, ਪੰਜਾਬ ਕਲਚਰ ਦੀ ਅਕਾਸੀ ਕਰਨ ਦਾ ਇੱਕ ਰੰਗ ਹੈ। ਤਹਿਸੀਲ ਸਮੁੰਦਰੀ ਪੁਰਾਣਾ 533 ਗਾਹਵੇ ਗੱਲਾਂ ਮੰਡੀ ਦੇ ਵਿੱਚ ਮੌਜੂਦ ਆ ਔਰ ਇਹਦੇ ਉੱਤੇ ਬਹੁਤ ਸਾਰੇ ਦੋਸਤ ਬਹਿ ਕੇ ਤਾਸ਼ ਖੇਡਦੇ ਨੇ, ਗੱਪਾਂ ਛੱਪਾਂ ਲਾਉਂਦੇ ਨੇ, ਪੰਜਾਬ ਰੇਤਲ ਦੀ ਅਕਾਸੀ ਕਰਦੇ ਨੇ। ਉਹਨੇ ਹਾਜੀ ਰਿਆਜ਼ ਸਾਹਿਬ ਜਿਨ੍ਹਾਂ ਨੇ ਇਹ ਮੰਜਾ ਬਣਵਾਇਆ ਹੈ ਅਤੇ ਇੱਥੇ ਸੰਗਤਾਂ ਸਾਂਝੀਆਂ ਕਰਦੇ ਨੇ, ਆਪਣੇ ਦੋਸਤਾਂ ਨੂੰ ਦਾਵਤ ਦਿੰਦੇ ਨੇ ਅਤੇ ਜਦੋਂ ਬਹੁਤ ਸਾਰੇ ਦੋਸਤ ਇਕੱਠੇ ਹੋ ਜਾਂਦੇ ਨੇ ਅਤੇ ਇਹ ਮੰਜਾ ਹੀ ਐਡਾ ਵੱਡਾ ਹੈ, ਮਾਸ਼ਾਅੱਲਾ ਸਾਰੇ ਦੋਸਤ ਮਾ ਜਾਂਦੇ ਨੇ ਅਤੇ ਪੁੱਛਦੇ ਨੇ ਇਹਨਾਂ ਨੂੰ ਜੀ ਅਸਲਾਮੁਅਲੈਕੁਮ ਰਿਆਜ਼ ਸਾਹਿਬ। ਬਿਸਮਿਲਲਾਹਿਰਰਹਿਮਾਨਿਰਰਹੀਮ। ਅਸੀਂ ਇਸ ਮੰਜੇ ਤੋਂ ਆਪਣੇ ਇਲੈਕਸ਼ਨ ਦੀ ਕੰਪੇਨ ਸ਼ੁਰੂ ਕੀਤੀ ਸੀ। ਇਹ ਮੰਜਾ ਬੜਾ ਬਰਕਤ ਵਾਲਾ ਵਾ, ਠੀਕ ਹੈ ਜੀ। ਇਸ ਮੰਜੇ ਤੇ ਸਾਡੇ ਸਾਰੇ ਸੰਗਤ ਰਾਤ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਹਲਕੇ ਦੇ ਅੰਦਰ ਜਿਹੜੀ ਅਸੀਂ ਮਿਹਨਤ ਕੀਤੀ ਹੈ ਉਹਦੇ ਬਾਰੇ ਡਿਸਕਸ ਹੁੰਦਾ ਸੀ ਅਤੇ ਸਾਰੇ ਸਾਥੀ ਇੱਥੇ ਬਹਿ ਕੇ ਇੰਜੋਏ ਕਰਦੇ ਨੇ। ਵਾਪਸੀ 'ਤੇ ਆ ਕੇ ਖਾਣਾ ਛਾਣਾ, ਚਾਏ ਵਗੈਰਾ, ਜੋ ਵੀ ਗੱਪਾਂ ਛੱਪਾਂ ਇਸ ਮੰਜੇ 'ਤੇ ਸਾਡੀਆਂ ਲੱਗਦੀਆਂ ਰਹੀਆਂ। ਇਸ ਮੰਜੇ ਦੇ ਨਾਲ ਸਾਡੇ ਬਹੁਤ ਸਾਰੀਆਂ ਯਾਦਾਂ ਵਿਵਸਥਾ ਨੇ। ਇਹ ਦੋਸਤੋ ਤੁਹਾਨੂੰ ਦੱਸਦੇ ਚਲੀਏ ਕਿ ਇਹ ਮੰਜਾ ਗੱਲਾਂ ਮੰਡੀ ਦੇ ਵਿੱਚ ਹਲਕਾ PP 105 ਦੇ 9 ਮੁੰਤਖਬ ਰੁਕਨ ਸੂਬਾਈ ਅਸੈਂਬਲੀ ਪਾਕਿਸਤਾਨ ਤਹਿਰੀਕ ਇਨਸਾਫ ਦੇ ਪਲੇਟਫਾਰਮ ਤੋਂ ਜਿਨ੍ਹਾਂ ਨੇ ਇਲੈਕਸ਼ਨ ਕੰਟੈਸਟ ਕੀਤਾ, PP 105 ਦਾ ਹਾਫਜ਼ ਮੁਮਤਾਜ਼ ਸਾਹਿਬ, ਇਹ ਉਹਨਾਂ ਦਾ ਇਲੈਕਸ਼ਨ ਆਫਿਸ ਵੀ ਹੈ। ਇਹ ਇਲੈਕਸ਼ਨ ਆਫਿਸ ਦੇ ਬਾਹਰ ਪਿਆ, ਜਿਸ ਤਰ੍ਹਾਂ ਕਿ ਹਜੀ ਰਿਆਜ਼ ਸਾਹਿਬ ਨੇ ਦੱਸਿਆ ਕਿ ਅਸੀਂ ਇਲੈਕਸ਼ਨ ਕੰਪੇਨ ਦਾ ਸਿਲਸਿਲਾ ਇੱਥੋਂ ਸ਼ੁਰੂ ਕੀਤਾ, ਬਲਕਿ ਜੋੜ ਤੋੜ ਦੀਆਂ ਜਿਹੜੀਆਂ ਸਲਾਹਾਂ ਇੱਥੇ ਇਸੇ ਮੰਜੇ ਦੇ ਬਹਿ ਕੇ ਅਸੀਂ ਕਰਦੇ ਸਾਂ ਅਤੇ ਅੱਲਾ ਨੇ ਸਾਨੂੰ ਭਾਗ ਲਾਏ ਨੇ, ਅੱਲਾ ਨੇ ਕਾਮਯਾਬੀ ਦਿੱਤੀ ਹੈ। ਇਹ ਮੰਜਾ ਬੜੀ ਬਰਕਤ ਵਾਲਾ, ਇਨਸ਼ਾਅੱਲਾ ਇਹ ਮੰਜਾ ਰਹੇਗਾ ਤਾਂ ਦੇਰ ਤੱਕ ਰਹੇਗਾ। ਇਹਦੇ ਨਾਲ ਸੰਗਤਾਂ ਜੋ ਯਾਦਾਂ ਜੁੜੀਆਂ ਨੇ, ਅਸੀਂ ਇਸ ਮੰਜੇ ਤੋਂ ਕਦੇ ਵੀ ਵੱਖ ਨਹੀਂ ਹੋਵਾਂਗੇ। ਹਾਂਜੀ ਇਹਦੇ ਨਾਲ ਹੀ ਦੋਸਤੋ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ, ਫਿਰ ਇਨਸ਼ਾਅੱਲਾ ਮਿਲਾਂਗੇ ਇਸੇ ਤਰ੍ਹਾਂ ਦੀ ਦਿਲਚਸਪ ਮਾਲੂਮਾਤ ਦੇ ਨਾਲ ਅਤੇ ਉਦੋਂ ਤੱਕ ਲਈ ਮੈਨੂੰ ਇਜਾਜ਼ਤ ਦਿਓ ਜੀ, ਰੱਬ ਰੱਖਾ।